ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਅਜਿੱਤਗਿੱਲ, ਇਹ ਪਿੰਡ ਜੈਤੋ ਤਹਿਸੀਲ ਅਤੇ ਫਰੀਦਕੋਟ ਜ਼ਿਲ੍ਹੇ ਦਾ ਹੈ। ਕੋਟਕਪੂਰੇ ਵੱਲੋਂ ਆਉਂਦੇ ਹਾਂ ਤਾਂ ਜੈਤੋ ਤੋਂ ਪਹਿਲਾਂ ਇਹ ਪਿੰਡ ਆ ਜਾਂਦਾ, ਨਾਲ ਦਾ ਪਿੰਡ ਮੱਤਾ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਦੱਸੋ ਬਾਈ ਹੋਰੀ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ। ਘਰ 'ਚ ਮੱਝਾਂ ਬਹੁਤ ਰੱਖੀਆਂ ਹੋਈਆਂ, ਤੁਸੀਂ ਦੇਖੋਗੇ ਨਾਗ ਕਾਫੀ ਸਾਰੇ ਆ ਇੱਥੇ। ਕੁਛ ਅੱਗੇ ਛੋਟੀ ਪਨੀਰੀ ਜਿਹੜੀ ਵੱਛੀਆਂ ਕੱਟੀਆਂ ਜਿਹੜੀਆਂ ਉਹ ਤਿਆਰ ਹੁੰਦੀਆਂ ਜਾਂਦੀਆਂ। ਅੱਜ ਦੀ ਵੀਡੀਓ ਦੀ ਇੱਕ ਇਹ ਮੱਝ ਬਾਈ ਹੋਰਾਂ ਨੇ ਵਿਕਾਊ ਕੀਤੀ ਹੈ, ਗੱਲਬਾਤ ਕਰਾਂਗੇ। ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ, ਜਿਹਨੂੰ ਇਹ ਮੱਝ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ, ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਡਿਟੇਲ ਜਿਹੜੀ ਦੱਸੂਗਾ ਬਾਈ ਲਖਵੀਰ ਆਪਾਂ ਨੂੰ ਦੱਸ ਦੂਗਾ, ਅਤੇ ਵੈਸੇ ਜਿਹੜੀ ਗੱਲਬਾਤ ਫੋਨ ਦੇ ਉੱਤੇ ਤੁਹਾਡੀ ਹੋਊਗੀ ਉਹ ਇਸ ਘਰ ਦੇ ਵਿੱਚ ਜਿਹੜਾ ਬਾਈ ਆਪਦਾ ਪਸ਼ੂ ਪਾਲਣ ਦਾ ਕੰਮ ਕਰਦਾ, ਯਾਨੀ ਇਸ ਮੱਝ ਦਾ ਮਾਲਕ ਹੈ, ਫੋਨ 'ਤੇ ਗੱਲ ਤੁਹਾਡੀ ਉਹਨਾਂ ਨਾਲ ਹੋਣੀ ਹੈ। ਆਓ ਡਿਟੇਲ ਪੁੱਛੀਏ ਅਤੇ ਫਿਰ ਤੋਰਾਂਗੇ। ਲਖਵੀਰ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਲਖਵੀਰ, ਅੱਜ ਜਿਹੜੇ ਘਰ 'ਚੋਂ ਇਹ ਵੀਡੀਓ ਬਣਾ ਰਹੇ ਹਾਂ, ਬਾਈ ਹੋਰਾਂ ਦਾ ਕੀ ਨਾਮ? ਇਹ ਪਾਪਾ ਦਰਸ਼ਨ ਹੈ ਜੀ, ਮਨਿੰਦਰ ਵੱਡੇ ਪਾਪਾ ਜੀ ਹੈ ਜੀ। ਠੀਕ ਹੈ, ਅੱਛਾ ਦਰਸ਼ਨ ਸਿੰਘ ਨਾਮ। ਹਾਂਜੀ ਠੀਕ ਹੈ। ਅੱਛਾ ਜਿਹੜੀ ਇਹ ਮੱਝ ਅੱਜ ਵੇਚਣ ਲੱਗੇ ਆ, ਕਿੰਨਵਾਂ ਸੂਆ? ਇਹ ਦੂਜਾ ਸੂਆ ਬਾਈ। ਕਿੰਨਾ ਚਿਰ ਲਊਗੀ ਸੂਣ 'ਚ? ਇਹ 5 ਤੋਂ 4 ਦਿਨ ਲੈ ਜੂ ਹਜੇ। ਹਜੇ 5-4 ਦਿਨ ਲੈ ਜੂ, ਬੜੇ ਆਰਾਮ ਨੇ। ਠੀਕ ਹੈ, ਕੀ ਡਿਮਾਂਡ ਰਹੂਗੀ? ਇਹਦਾ ਰੇਟ ਫੋਨ 'ਤੇ ਕਰ ਲਾਂਗੇ। ਰੇਟ ਫੋਨ 'ਤੇ ਹੋਊਗਾ। ਠੀਕ ਹੈ, ਖੋਲ੍ਹਿਓ ਇਹਨੂੰ ਬਾਈ। ਸੋ ਦੱਸੋ, ਸੂਆ ਦੂਜਾ 5-4 ਦਿਨ ਲੈਂਦੀ ਹੈ ਸੂਣ 'ਚ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹੈ ਅੰਕਲ ਹੋਰੀ, ਉਹਨਾਂ ਦਾ ਨਾਮ ਦਰਸ਼ਨ ਸਿੰਘ ਹੈ, ਅਤੇ ਬਾਈ ਲਖਵੀਰ ਜਿਹਦੇ ਕੋਲ ਆਪਾਂ ਵੱਛੀਆਂ ਦੀ ਵੀਡੀਓ ਬਣਾਉਂਦੇ ਹੁੰਦੇ ਹਾਂ ਡਿਟੇਲ ਮੱਝ ਦੀ, ਇਹਨਾਂ ਨੇ ਦੱਸੀ ਹੈ। ਸੋ ਦੂਜਾ ਸੂਆ ਸੂਨ ਦੀ ਝੋਟੀ, ਹਵਾਨਾ ਚੰਗਾ ਤਿਆਰ ਹੈ, ਪਰ ਥੋੜ੍ਹਾ ਇਹ ਲੱਗਦਾ ਵੀ ਅਗਲੇ ਪਾਸਿਓਂ ਵੱਧ ਤਿਆਰ ਕਰੀ ਬੈਠੀ ਹੈ। ਬਾਕੀ ਮੱਝ ਸੂਣ ਲੱਗੀ ਹਵਾਨਾ ਪਿੱਛੋਂ ਪੂਰਾ ਭਰਦੀ ਹੁੰਦੀ ਹੈ, ਥੋੜ੍ਹੀ ਭਲੂਣ ਵੀ ਚੱਕੀ ਵੀ ਹੈ, ਕਿਉਂਕਿ ਸੂਆ ਦੂਜਾ ਤਾਂ ਪਹਿਲੇ ਦੂਜੇ ਸੂਏ 'ਚ ਪਸ਼ੂ ਭਲੂਣ ਚੱਕਦਾ ਵੀ ਹੈ। ਸੋ ਸਿੰਗ ਥੋੜ੍ਹਾ ਜਿਹਾ ਖੁੱਲ੍ਹਾ ਹੋ ਕੇ ਮੁੜਿਆ ਵਿਆ, ਬਾਕੀ ਹਵਾਨਾ ਜਿਹੜਾ ਉਹ ਤੁਹਾਨੂੰ ਹੁਣ ਵੀਡੀਓ 'ਚ ਉਹਦੀ ਜੱਜਮੈਂਟ ਹੁੰਦੀ ਹੋਣੀ ਹੈ। ਬਾਕੀ ਆਪਾਂ ਇੱਕ ਗੇੜਾ ਹੋਰ ਕਢਾ ਲਾਂਗੇ ਲਖਵੀਰ, ਇੱਕ ਗੇੜਾ ਹੋਰ ਇੱਧਰ ਨੂੰ ਹੀ ਮੋੜ ਲਾਂਗੇ। ਹਵਾਨਾ ਹਜੇ ਭਰੂਗੀ ਤਾਂ ਉਦੋਂ ਪਿਛਾਂਹ ਨੂੰ ਪੂਰਾ, ਅੰਕਲ ਉਹਦੀ ਦੱਸ ਰਹੇ ਆ ਵੀ ਇਹ ਕਰੂਗੀ, ਬਾਕੀ ਹੁਣ ਦਾ ਰੁੱਖ ਤੁਹਾਡੇ ਸਾਹਮਣੇ ਆ। ਹਜੇ 5-4 ਦਿਨ ਲੈਂਦੀ ਹੈ ਮੱਝ, ਸਮੀ ਚੰਗੀ ਹੈ ਦੱਸੋ, ਨਾ ਤਾਂ ਬਾਲੀਆਂ ਮੋਟੀਆਂ ਮੱਝਾਂ 'ਚ ਆਉਂਦੀ ਹੈ ਅਤੇ ਨਾ ਲਿੱਸੀ ਹੈ, ਮਤਲਬ ਸੋਹਣੀ ਸਿਹਤ ਹੈ, ਜਿੱਦਾਂ ਦਾ ਪਸ਼ੂ ਦੁੱਧ ਦੇਣ ਵਾਸਤੇ ਤਿਆਰ ਹੋਣਾ ਚਾਹੀਦਾ, ਬਾਡੀ ਵੇਟ ਜਿਹੜਾ ਇਹਦਾ ਉੱਦਾਂ ਦਾ ਤਿਆਰ ਕੀਤਾ ਵਿਆ। ਲਈ ਚਲੋ ਉੱਥੇ ਵੇਖ ਲਾਂਗੇ ਬਸ। ਸੋ ਦੱਸੋ, ਹਵਾਨੇ ਦੀ ਜੱਜਮੈਂਟ ਇੱਥੋਂ ਕਲੀਅਰ ਹੁੰਦੀ ਹੋਣੀ, ਭਲੂਣ ਥਣਾਂ ਦੇ ਉੱਤੇ ਵੀ ਹੈਗੀ ਹੈ ਵਾਈ ਜਿਹੜੀ ਉਹ ਪਸ਼ੂ ਨੂੰ ਹੋ ਜਾਂਦੀ ਹੈ ਜਦੋਂ ਸੂਣ ਦੇ ਨੇੜ ਆਉਂਦਾ, ਜਦੋਂ ਸੂ ਪੈਂਦਾ ਪਸ਼ੂ ਤਾਂ ਉਦੋਂ ਬਾਅਦ 'ਚ ਉੱਤਰਨੀ ਸ਼ੁਰੂ ਹੋ ਜਾਣੀ ਹੁੰਦੀ। ਸੋ ਬਾਕੀ ਆ ਕੇ ਤੁਸੀਂ ਦੇਖਿਓ, ਹਜੇ ਥਣਾਂ 'ਚ ਕੋਈ ਜੋਸ਼ ਪਸਮਾ ਨਹੀਂ ਹੈਗਾ, ਬਹੁਤ ਜਿੱਧਰੋਂ ਮਰਜ਼ੀ ਬੈਠੀ ਜਾਵੇ। ਠੀਕ ਹੈ, ਅਗਾੜੀ ਅਗਲੇ ਪਾਸੋਂ ਵੀ ਹਵਾਨਾ ਚੰਗਾ ਪਰ ਭਲੂਣ 'ਚ ਲੁਕਿਆ ਹੋਇਆ, ਇੱਧਰੋਂ ਤੁਹਾਨੂੰ ਫਿਰ ਹਵਾਨਾ ਦਿਖਾਉਣਾ। ਬਾਈ ਪੂਛ ਮਾੜੀ ਜੀ ਫੜ ਲਈ ਲੱਗੀ, ਵੈਸੇ ਵੀਡੀਓ ਬਣਾਉਂਦੇ ਕਰਕੇ ਪਸ਼ੂ ਉੱਪਰਾ ਮੰਨ ਜਾਂਦਾ, ਵੈਸੇ ਸ਼ਰੀਫ ਆ ਸੁਭਾਅ ਦੀ ਬਾਈ ਕਹਿੰਦਾ। ਹਵਾਨਾ ਹੁਣ ਤੁਸੀਂ ਪਿੱਛੋਂ ਵੀ ਇਹਦਾ ਦੇਖ ਲਿਆ, ਸੋ ਇਹ ਇਹਦਾ ਡਿਜ਼ਾਇਨ ਜਿਹੜਾ ਉਹ ਸਿੰਗ ਦਾ। ਸੋ ਅੱਜ ਦੀ ਵੀਡੀਓ ਦੀ ਇਹ ਝੋਟੀ ਇਹ ਮੱਝ ਵਿਕਾਊ ਸੀ, ਦੱਸੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੇ 'ਤੇ ਤੁਸੀਂ ਕਾਲ ਕਰੋਗੇ, ਰੇਟ ਫੋਨ ਦੇ ਉੱਤੇ, ਕਿਉਂਕਿ ਬਾਈ ਆਪ ਉਹ ਵੀਰ ਨਹੀਂ ਹੈਗਾ ਘਰ ਜਿਹਦਾ ਪਸ਼ੂ ਪਾਲਣ ਦਾ ਕੰਮ ਕਰਦਾ, ਅਤੇ ਇਹਦੇ ਕਰਕੇ ਰੇਟ ਫੋਨ ਦੇ ਉੱਤੇ ਹੀ ਰੱਖਦਾ। ਸੋ ਜਿਹਨੂੰ ਜਚੇ ਕਾਲ ਕਰਕੇ ਰੇਟ ਕਨਫਰਮ ਕਰ ਲਿਓ। ਧੰਨਵਾਦ।